ਦੋਸਤੋ ਜੇਕਰ ਇਸ ਵੀਡੀਓ ਤੋਂ ਪਹਿਲਾਂ ਦੇ ਦੋ ਪਾਰਟ ਤੁਸੀਂ ਨਹੀਂ ਦੇਖੇ ਤਾਂ ਉਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਵਿੱਚ ਹਨ, ਜਾ ਕੇ ਦੇਖ ਸਕਦੇ ਹੋ। ਤਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਦੀਪ ਜੰਡੂ ਦੀ ਇੱਕ ਇੰਸਟਾਗ੍ਰਾਮ ਪੋਸਟ ਨਾਲ, ਜੋ ਕਿ ਉਸਨੇ ਅੱਜ ਅਪਲੋਡ ਕੀਤੀ ਹੈ। ਅਤੇ ਇਸ ਫੋਟੋ ਵਿੱਚ ਉਹ ਉਹਨਾਂ ਸ਼ਖਸ ਨਾਲ ਖੜਾ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਦਾ ਕਾਰਨ ਔਜਲਾ ਅਤੇ ਰੂਪਨ ਬਾਲ ਨਾਲ ਰੌਲਾ ਚੱਲ ਰਿਹਾ। ਰੌਲਾ ਕੀ ਹੈ ਤੁਹਾਨੂੰ ਪਹਿਲੇ ਦੋ ਪਾਰਟਸ ਵਾਲੀ ਵੀਡੀਓ ਵਿੱਚ ਪਤਾ ਲੱਗ ਜਾਊਗਾ। ਹੁਣ ਗੱਲ ਕਰਦੇ ਹਾਂ ਤੁਹਾਡੇ ਅੰਦਾਜ਼ਿਆਂ ਬਾਰੇ। ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਦੀਪ ਜੰਡੂ ਨੇ ਇਹ ਫੋਟੋ ਜਾਣ ਬੁੱਝ ਕੇ ਅਪਲੋਡ ਕੀਤੀ ਹੈ, ਕਿਉਂਕਿ ਪਿੱਛੇ ਜੇ ਉਸਦੀ ਵੀ ਕਾਰਨ ਔਜਲਾ ਨਾਲ ਥੋੜ੍ਹੀ ਜਿਹੀ ਅਣਬਣ ਹੋ ਗਈ ਸੀ। ਅਤੇ ਇੱਦਾਂ ਹੀ ਇੱਕ ਬੰਦੇ ਨੇ ਜਦੋਂ ਦੀਪ ਜੰਡੂ ਨੂੰ ਕਿਹਾ ਕਿ ਇਹਨੂੰ ਵਿਚਾਰੇ ਨੂੰ ਵੀ ਫੇਮ ਚਾਹੀਦੀ ਆ, ਇਸੇ ਕਰਕੇ ਦੀਪ ਜੰਡੂ ਨੇ ਸੁੱਖ ਸੰਗੀੜਾ ਨਾਲ ਫੋਟੋ ਸ਼ੇਅਰ ਕੀਤੀ ਹੈ। ਇਸ 'ਤੇ ਰਿਪਲਾਈ ਵਿੱਚ ਦੀਪ ਜੰਡੂ ਨੇ ਵੀ ਕਹਿ ਦਿੱਤਾ ਕਿ ਨਾ ਸਾਨੂੰ ਕੋਈ ਲੈਣਾ ਦੇਣਾ ਨਹੀਂ, ਕੀ ਚੱਲ ਰਿਹਾ ਸਾਰੇ ਭਰਾ ਵਾ, ਕੋਈ ਚੱਕਰ ਨਹੀਂ, ਨਜ਼ਾਰੇ ਲਓ। ਦੀਪ ਜੰਡੂ ਨੇ ਇਸ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ ਕਿ ਕਿੱਦਾਂ ਫਿਰ ਹੇਟਰੋ, ਅਤੇ ਖੁਦ ਉਸਨੇ ਆਪਣੀ ਫੋਟੋ 'ਤੇ ਕਮੈਂਟ ਵੀ ਕੀਤਾ, ਸਾਰੇ ਰਲ ਮਿਲ ਕੇ ਰਹਿਣ, ਇੱਕ ਦੂਜੇ ਨਾਲ ਕੰਮ ਕਰੋ, ਇੱਕ ਦੂਜੇ ਦੀ ਸਪੋਰਟ ਕਰੋ, ਕੋਈ ਕਿਸੇ ਨਾਲ ਕੋਈ ਰੌਲਾ ਨਹੀਂ, ਨਜ਼ਾਰੇ ਲਓ ਐਂਡ ਇੰਜੋਏ ਮਿਊਜ਼ਿਕ, ਲਵ ਯੂ ਆ ਦਿਲੋਂ। ਸੁੱਖ ਸੰਗੀੜਾ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ ਕਿ ਵਾਹਿਗੁਰੂ ਸਭ ਦਾ ਭਲਾ ਕਰੇ, ਤੁਹਾਨੂੰ ਦੋਨਾਂ ਨੂੰ ਦੇਖ ਕੇ ਵਧੀਆ ਲੱਗਾ ਵੀਰੇ। ਬਾਕੀ ਹੁਣ ਤੁਹਾਡੀ ਇਸ ਚੀਜ਼ ਬਾਰੇ ਕੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਜੇਕਰ ਤੁਹਾਨੂੰ ਇਹ ਵੀਡੀਓ ਲੱਗੀ ਤਾਂ ਵੀਡੀਓ ਨੂੰ ਲਾਈਕ, ਅਤੇ ਇੱਦਾਂ ਦੀ ਹੋਰ ਦਾ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।